रामा मंडी दे वार्ड नंबर 9 नेड़े टेलीफोन एक्सचेंज एरिए दे विच रह रहे वासियां ने गंदे नाले दे सीवरेज लीकेज कारण खड़े गंदे पानी तो दुखी होके नगर काउंसिल रामा खिलाफ रोस प्रदर्शन कीता। इस मौके नगर काउंसिल रामा खिलाफ रोस जाहिर करदियां वार्ड वासी डॉक्टर अजैब सिंह, सुखवंत सिंह काला आदि ने रोस जाहिर करदियां दस्या कि नगर काउंसिल दे कर्मचारी गंदे पानी दियां टैंकियां भर भर के उन्हां दे घरां दे कोल डोल दिंदे ने, जिस कारण ए मोहल्ला निवासियां नूं भारी मुश्किलां दा सामना करना पै रिहा है। गंदी बदबू मार रही है, इत्थे रहना मुश्किल हो चुका है। उन्होंने दसिया कि इस तो इलावा गंदे नाले दे कोल सीवरेज दी पाइप टूटी हुई है, जिस कारण गंदे नाले दा पानी भी उन्हां दे घरां दे कोल खड़ा हो जांदा है, जिस कारण इत्थे बीमारियां फैलन दा डर बनिया होया है। उन्होंने दसिया कि इस समस्या संबंधी कई बार लिखती शिकायतां नगर काउंसिल दे विच नगर काउंसिल दे अधिकारियां दे ध्यान दे विच लियांदा गया है, परंतु अजे तक कोई भी उन्हां दी सुनवाई नहीं हुई है। वार्ड वासियां ने नगर काउंसिल प्रधान अते कार्यसाधक अफसर रामा तों मंग कीती है कि मोहल्ला वासियां दी समस्या तों उन्हां नूं निजात दवाई जाए। ਸਾਨੂੰ ਸਰ ਸਮੱਸਿਆ ਬਹੁਤ ਆ ਰਹੀ ਹੈ ਜੀ ਪਾਣੀ ਦੀ, ਇੱਥੇ ਪਾਣੀ ਦੇ ਬਦਬੋ ਮਾਰਦੀ ਹੈ, ਰੋਟੀ ਖਾਣੀ ਸਾਨੂੰ ਬਹੁਤ ਔਖੀ ਹੋਈ ਪਈ ਹੈ ਜੀ, ਬਹੁਤ ਮੁਸ਼ਕਲ ਹੈ ਜੀ। ਇਹ ਜਿਹੜਾ ਸੀਵਰੇਜ ਦਾ ਪਾਣੀ ਹੈ ਜੀ, ਇਹ ਬਾਜ਼ਾਰ ਦੇ ਵਿੱਚੋਂ ਟੈਂਕੀਆਂ ਭਰ ਭਰ ਇੱਥੇ ਡੋਲ ਰਹੇ ਨੇ ਜੀ, ਅੱਗੇ ਤੋਂ ਪਾਈਪਾਂ ਬਲੌਕ ਹੋ ਗਈਆਂ ਪਈਆਂ ਜੀ, ਕੋਈ ਹੱਲ ਨਹੀਂ ਕਰ ਰਹੇ ਜੀ। ਅਸੀਂ ਨਗਰ ਕੌਂਸਲ ਨੂੰ 5-7 ਵਾਰੀ ਬੇਨਤੀ ਕਰ ਚੁੱਕੇ ਹਾਂ ਜੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਇਹ ਜੀ ਸਮੱਸਿਆ ਜਿਹੜੀ ਜੀ ਇੱਥੇ ਨਾ ਜੀ, ਗੰਦੇ ਨਾਲੇ ਦਾ ਪਾਣੀ ਹੈ ਜੀ, ਬਾਜ਼ਾਰ ਦੇ ਵਿੱਚੋਂ ਸੀਵਰੇਜ ਦੀਆਂ ਟੈਂਕੀਆਂ ਭਰ ਭਰ ਜੀ ਇੱਥੇ ਡੁੱਲੀ ਜਾਂਦੇ ਆ ਜੀ, ਇੱਥੇ ਸਾਨੂੰ ਬਹੁਤ ਵੱਡੀ ਦਿੱਕਤ ਆਈ ਜਾਂਦੀ ਹੈ ਜੀ। ਜਿੰਨਾ ਹੈਗਾ ਜੀ ਪਾਣੀ ਇੱਥੇ ਘੱਟੋ ਘੱਟ 3-3 ਫੁੱਟ ਪਾਣੀ ਖੜ੍ਹਾ ਜੀ, ਅਤੇ ਇੱਥੋਂ ਸਾਨੂੰ ਬਿਮਾਰੀਆਂ ਦਾ ਜੀ, ਹੋਰ ਇੱਥੇ ਹਰੇਕ ਤਰ੍ਹਾਂ ਦੀ ਦਿੱਕਤ ਆਈ ਜਾਂਦੀ ਹੈ। ਮਕਾਨਾਂ ਨਾਲ ਪਾਣੀ ਲੱਗਿਆ ਪਿਆ 2-2 ਫੁੱਟ, ਬਹੁਤ ਜ਼ਿਆਦਾ ਗੰਦੀ ਸਮੈਲ ਮਾਰ ਰਹੀ ਆ। ਜਿੰਨੇ ਇੱਥੇ ਆਂਢ ਗੁਆਂਢ ਆਈ ਸਾਰਾ ਦੁਖੀ ਹੋਇਆ ਪਿਆ। ਅਸੀਂ ਨਗਰ ਕੌਂਸਲ ਨੂੰ, ਈਓ ਸਾਹਿਬ ਨੂੰ, ਜੇਈ ਸਾਹਿਬ ਨੂੰ, ਪ੍ਰਧਾਨ ਜੀ ਨੂੰ ਘੱਟੋ ਘੱਟ 5-5 ਵਾਰੀ ਤਾਂ ਐਪਲੀਕੇਸ਼ਨ, 10 ਵਾਰੀ ਉਂਝਾ ਇਹਨਾਂ ਕੋਲ, ਇਹਨਾਂ ਦੀ ਕੋਈ ਸੁਣਾਈ ਨਹੀਂ ਜੀ। ਕਾਂਗਰਸ ਸਰਕਾਰ ਕਹਿੰਦੀ ਅਸੀਂ ਵਿਕਾਸ ਕੀਤਾ, ਜਿਹੜਾ ਕਹਿੰਦਾ ਇਹਨਾਂ ਦਾ ਹਲਕਾ ਇੰਚਾਰਜ ਟਟਾਣਾ ਸਾਹਿਬ ਸਾਡੇ ਇੱਥੇ ਆ ਕੇ ਦੇਖੇ ਕੀ ਹਾਲ ਹੋਇਆ ਪਿਆ ਜੀ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਜੀ ਇੱਥੋਂ ਸਾਡਾ ਪਾਣੀ ਸਾਫ਼ ਕੀਤਾ ਜਾਵੇ ਜੀ। ਇਹ ਜਾਣ ਬੁੱਝ ਕੇ ਕੁਛ ਬੰਦੇ ਹੈਗੇ ਜਿਹੜੇ ਪਾਣੀ ਇੱਧਰ ਜਾਣ ਬੁੱਝ ਕੇ ਛੱਡਦੇ ਆ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜੀ ਵੀ ਆਪਦਾ ਮੁਲਾਜ਼ਮ ਉਹਨਾਂ ਨੂੰ ਕਹਿਣ ਵੀ ਇਹ ਪਾਣੀ ਨਾ ਛੱਡਣ ਜੀ। ਪਾਣੀ ਦੀ ਹੈ ਜਿਹੜਾ ਸੀਵਰੇਜ ਦਾ ਪਾਣੀ ਹੈ, ਗੰਦਾ ਖਾਂਦਾ, ਮੀਂਹ ਦਾ ਪਾਣੀ ਵੀ ਖੜ ਜਾਂਦਾ, ਤੇ ਇਹਦੇ ਪਾਣੀ ਦਾ ਸਮੈਲ ਬੜੀ ਆਉਂਦੀ ਹੈ, ਭੈੜੀ ਸਮੈਲ ਹੈ। ਤੇ ਇਹਨਾਂ ਤੋਂ ਅੱਜ ਕੱਲ੍ਹ ਦੇਖੋ ਡੇਂਗੂ ਵਗੈਰਾ ਫੈਲਣ ਡਰ ਹੈ, ਬਿਮਾਰੀਆਂ ਦਾ ਵੀ ਡਰ ਹੈ, ਬਹੁਤ ਡਰ ਹੈ ਇਹਨਾਂ ਦਾ। ਤੇ ਸਾਰੇ ਸਾਡੇ ਜਿਹੜੀ ਵਾਰਡ ਦੀ ਹੈ ਸਮੱਸਿਆ ਹੈ ਬਹੁਤ ਜ਼ਿਆਦਾ ਹੈ। ਤੁਸੀਂ ਕੋਈ ਵੀ ਬੰਦਾ ਇੱਥੇ ਖੜ੍ਹ ਕੇ ਦੇਖੋ 10 ਮਿੰਟ ਖੜ੍ਹੇ ਜਾਂਦਾ, ਅਤੇ ਅਸੀਂ ਇਹ ਆਖਦੇ ਵੀ ਇਹਨੂੰ ਜਾਂ ਤਾਂ ਇਹਨੂੰ ਪਾਣੀ ਦਾ ਕੋਈ ਇਹਦਾ ਹੱਲ ਕੀਤਾ ਜਾਵੇ, ਇਹਨੂੰ ਬਾਹਰ ਕੱਢਿਆ ਜਾਵੇ, ਜਾਂ ਕੋਈ ਇਹਦਾ ਪਰਮਾਨੈਂਟ ਹੱਲ ਕੀਤਾ ਜਾਵੇ। ਜਦੋਂ ਮੀਂਹ ਆਉਂਦਾ ਹੈ ਉਦੋਂ ਹੀ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ। ਦਿੱਕਤ ਹੈ ਜੀ, ਕਿੰਨਾ ਚਿਰ ਹੋ ਗਿਆ ਇਹਨੂੰ? ਇਹ ਬਾਵਾ ਚਿਰ ਹੋ ਗਿਆ ਜੀ। ਅੱਛਾ, ਕਿੱਥੋਂ ਆ ਰਿਹਾ ਇਹ ਪਾਣੀ, ਪਤਾ ਲੱਗਿਆ ਕੁਛ? ਇਹ ਸੀਵਰ ਦਾ ਆ ਰਿਹਾ ਜੀ, ਟੈਂਕੀਆਂ ਭਰਤੇ। ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ, ਪ੍ਰਸ਼ਾਸਨ ਤੋਂ? ਵੀ ਇਹ ਪਾਣੀ ਦਾ ਹੱਲ ਹੋਵੇ ਕਿਸੇ ਪਾਸੇ।